ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦਾ ਵਿਵਾਦਾਂ ਨਾਲ ਗੂੜਾ ਰਿਸ਼ਤਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਕਿਉਂਕਿ ਪਹਿਲਾਂ ਤੋਂ ਹੀ ਚੱਲ ਰਿਹਾ ਸੈਕਸੁਅਲ ਹਰਾਸਮੈਂਟ ਦਾ ਮਾਮਲਾ ਰੁਕਣ ਦੀ ਬਜਾਏ ਵੱਡੇ ਪੱਧਰ ਤੇ ਚਲਾ ਗਿਆ ਹੈ ਅਤੇ ਹੁਣ ਯੂਨੀਵਰਸਿਟੀ ਵਿੱਚ ਕੰਟਰੈਕਟ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕੇ ਅਤੇ ਆਊਟਸੋਰਸਿੰਗ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਅਧੀਨ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਮੁਲਾਜ਼ਮਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਯੂਨੀਵਰਸਿਟੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਉਹਨਾਂ ਦੀਆਂ ਮੰਗਾਂ ਨਾ ਮੰਨਣ ਅਤੇ ਟਾਲ ਮਟੋਲ ਦੀ ਨੀਤੀ ਅਪਣਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਸ਼ਾਸਨ ਅਤੇ ਵਾਈਸ ਚਾਂਸਲਰ ਦੇ ਵਿਰੁੱਧ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਅੱਜ ਪ੍ਰਦਰਸ਼ਨਕਾਰੀਆਂ ਨੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਦੀ ਕੋਠੀ ਤੱਕ ਪੈਦਲ ਰੋਸ ਮਾਰਚ ਕੀਤਾ ਅਤੇ ਆਪਣੀਆਂ ਮੰਗਾਂ ਲਈ ਵਿਧਾਇਕ ਦੀ ਕੋਠੀ ਦੇ ਗੇਟ ਬਾਹਰ ਧਰਨਾ ਲਗਾ ਦਿੱਤਾ ਅਤੇ ਵਿਧਾਇਕ ਦੇ ਬਾਹਰ ਹੋਣ ਕਰਕੇ ਵਿਧਾਇਕ ਦੇ PA ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਮੰਗ ਪੱਤਰ ਦਿੱਤਾ ਅਤੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਛੇਤੀ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣਗੇ। ਦੇਖੋ ਜੀ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ 10 ਦਿਨਾਂ ਤੋਂ ਹੜਤਾਲ 'ਤੇ ਬੈਠੇ ਹੋਏ ਹਾਂ। ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸਾਡੀਆਂ ਜਿਹੜੀਆਂ ਵਾਰ ਵਾਰ ਮੀਟਿੰਗਾਂ ਹੁੰਦੀਆਂ, ਪਰ ਮੀਟਿੰਗਾਂ ਦੇ ਵਿੱਚ ਜਿਹੜੀ ਕੋਈ ਗੱਲ ਆ ਉਹ ਸਿਰੇ ਨਹੀਂ ਚੜ੍ਹਦੀ। ਇਸੇ ਹਿਸਾਬ ਨਾਲ ਜਿਹੜਾ ਅਸੀਂ ਸ਼ਹਿਰ ਦੇ ਨੁਮਾਇੰਦੇ ਆ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਿਆ ਅਤੇ ਸਰਕਾਰ ਦੇ ਵਿੱਚ ਉਹਨਾਂ ਦਾ ਹਿੱਸਾ ਹੈ, ਕਿੱਕੀ ਢਿੱਲੋਂ ਜੀ ਜਿਹੜੇ ਕਿ ਸਤਿਕਾਰਤ ਨੇ ਸਾਡੇ ਅਤੇ ਨਾਲ ਹੀ ਸਾਡੇ ਜਿਹੜੇ ਬੋਰਡ ਆਫ ਮੈਨੇਜਮੈਂਟ ਹੈ ਉਹਦੇ ਮੈਂਬਰ ਵੀ ਨੇ, ਐਕਟਿੰਗ ਮੈਂਬਰ ਹੈ, ਉਹਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣ ਵਾਸਤੇ ਆਏ ਸੀ, ਨਾਲ ਹੀ ਅਸੀਂ ਸੱਦਾ ਦੇਣ ਆਏ ਸੀ ਕਿ ਸ਼ਹਿਰ ਦੇ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਡੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਨਿੱਜੀ ਤੌਰ 'ਤੇ, ਅਤੇ ਨਾਲ ਇਹ ਸਾਡੀ ਮੰਗ ਨੂੰ ਜਿਹੜਾ ਅੱਗੇ ਬੋਰਡ ਆਫ ਮੈਨੇਜਮੈਂਟ ਕੋਲ ਲੈ ਕੇ ਜਾਣ। ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਵਾਰ ਵਾਰ ਜਿਹੜਾ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਿਹਾ, ਉਹ ਵਾਰ ਵਾਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਜੋ ਕਰੂਗੀ ਪੰਜਾਬ ਸਰਕਾਰ ਦੇ ਅਨੁਸਾਰ ਹੀ ਕੀਤਾ ਜਾਊਗਾ, ਜਦੋਂ ਕਿ ਯੂਨੀਵਰਸਿਟੀ ਜਿਹੜੀ ਹੈਗੀ ਇੱਕ ਅਟੋਨਮਸ ਬਾਡੀ ਆ, ਖੁਦ ਮੁਖਤਿਆਰ ਸੰਸਥਾ ਹੈ, ਉਹ ਆਪਦੇ ਫੈਸਲੇ ਖੁਦ ਲੈ ਸਕਦੀ ਹੈ ਅਤੇ ਲੈ ਵੀ ਰਹੀ ਹੈ। ਜਿਹਦੇ ਕਿ ਜਿਹਦੇ ਵਿੱਚ ਆਪਾਂ ਜੇ ਆਪਾਂ ਗੱਲ ਕਰੀਏ ਵੀ ਨਵੀਆਂ ਭਰਤੀਆਂ ਜਾਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਅਪਰੂਵਲ ਆ, ਉਹਨਾਂ ਨੂੰ ਬਾਹਰੋਂ ਸਰਕਾਰ ਤੋਂ ਲੈਣ ਦੀ ਲੋੜ ਨਹੀਂ ਹੈ ਅਤੇ ਉਹ ਇਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ। ਪਰ ਜਦੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਆਉਂਦੀ ਆ ਤਾਂ ਉਦੋਂ ਜਿਹੜਾ ਸਾਰਾ ਮਸਲਾ ਪੰਜਾਬ ਸਰਕਾਰ ਦੇ ਉੱਤੇ ਸੈੱਟ ਦਿੱਤਾ ਜਾਂਦਾ। ਹੁਣ ਇੱਥੇ ਅੱਗੇ ਕੀ ਹੋਇਆ? ਇੱਥੇ ਅਸੀਂ ਜੀ ਮੰਗ ਪੱਤਰ ਦਿੱਤਾ, MLA ਸਾਹਿਬ ਮੌਜੂਦ ਨਹੀਂ ਸੀ, ਉਹਨਾਂ ਦੇ PA ਜੇ ਹੈਗੇ ਨੇ ਜਿਹੜੇ ਉਹਨਾਂ ਨੇ ਮੰਗ ਪੱਤਰ ਲਿਆ ਟੈਣਾ ਸਾਹਿਬ ਨੇ, ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜੇ MLA ਸਾਹਿਬ ਆ ਉਹ ਸਾਡੀ ਜਿਹੜੀ ਮੀਟਿੰਗ ਹੈ ਅਥਾਰਟੀ ਨਾਲ ਕਰਾਉਣਗੇ ਅਤੇ ਨਾਲ ਹੀ ਜਿਹੜਾ ਬੋਰਡ ਨਾਲ ਆ ਵੀ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਨਗੇ, ਅਤੇ ਉਮੀਦ ਹੈ ਵੀ MLA ਸਾਹਿਬ ਇਸ ਮਸਲੇ ਨੂੰ ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਲੌਕਿਆ ਹੋਇਆ, ਜੇ ਆਪਾਂ ਹਿਸਾਬ ਲਾਈਏ ਤਾਂ 3 ਸਰਕਾਰਾਂ ਲੰਘ ਗਈਆਂ, ਇਸ ਜਿਹੜਾ ਇੰਨਾ ਲੰਬਾ ਜਿਹੜਾ ਮਸਲਾ ਸ਼ਹਿਰ ਦਾ ਸਭ ਤੋਂ ਵੱਡਾ ਮਸਲਾ ਇਹਨੂੰ ਮੰਨ ਕੇ ਚੱਲਦੇ ਆ ਅਤੇ ਉਹਦਾ ਜਿਹੜਾ ਕੋਈ ਨਾ ਕੋਈ ਸਾਰਥਕ ਹੱਲ ਹੈ ਜਿਹੜਾ ਉਹ ਕੱਢਣਗੇ। ਆਪਦਾ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਨੇ ਇੱਕ ਮੰਗ ਪੱਤਰ ਦਿੱਤਾ, ਉਹਦੇ 'ਚ ਕੁਛ ਆਪਦੀਆਂ ਮੁਲਾਜ਼ਮਾਂ ਨੇ ਮੰਗਾਂ ਦਿੱਤੀਆਂ ਨੇ, ਜਿਸ ਸੰਬੰਧੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ MLA ਸਾਹਿਬ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਕਿ ਸਿਆਸੀ ਸਲਾਹਕਾਰ ਨੇ ਮੁੱਖ ਮੰਤਰੀ ਸਾਹਿਬ ਦੇ, ਉਹ ਆ ਜਾਣਗੇ ਅਤੇ ਉਹਨਾਂ ਤੱਕ ਇਹ ਜਿਹੜਾ ਮੰਗ ਪੱਤਰ ਆ ਪਹੁੰਚਦਾ ਕਰ ਦਿਆਂਗੇ ਅਤੇ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਉਸ ਸੰਬੰਧੀ ਬੈਠ ਕੇ ਅਸੀਂ ਗੰਭੀਰਤਾ ਨਾਲ ਉਹਦੇ 'ਤੇ ਵਿਚਾਰ ਕਰਾਂਗੇ। ਬਿਲਕੁਲ, ਕਿਉਂਕਿ ਪਿਛਲੇ ਕੁਛ ਦਿਨ MLA ਸਾਹਿਬ ਇੱਥੇ ਹੈ ਨਹੀਂ ਸੀ, ਵਿਦੇਸ਼ ਗਏ ਸੀ, ਉਸ ਤੋਂ ਬਾਅਦ ਸਿਰਫ ਇੱਕ ਦਿਨ ਵਾਸਤੇ ਫਰੀਦਕੋਟ ਰਿਹਾ ਆ, ਉਹ ਕੁਦਰਤੀ ਉਹਨਾਂ ਨੇ ਕੱਲ੍ਹ ਇੱਕ ਜੋਬ ਬਹੁਤ ਜ਼ਰੂਰੀ ਮੀਟਿੰਗ ਸੀ ਚੰਡੀਗੜ੍ਹ, ਅੱਜ ਸ਼ਾਮ ਤੱਕ ਉਹਨਾਂ ਨੇ ਆ ਜਾਣਾ ਕੱਲ੍ਹ ਨੂੰ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਜ ਵੀ ਇਹੀ ਗੱਲ ਕਹੀ ਹੈ ਕਿ ਬੈਠ ਕੇ ਯੂਨੀਵਰਸਿਟੀ ਇੱਕ ਪ੍ਰੋਗਰਾਮ ਬਣਾਵਾਂਗੇ, VC ਸਾਹਿਬ ਦੇ ਕੋਲ ਬੈਠ ਕੇ ਨਵੀਆਂ ਸਾਰੀਆਂ ਜਿਹੜੀਆਂ ਹੈਗੀਆਂ ਮੰਗਾਂ ਉਹਨਾਂ 'ਤੇ ਵਿਚਾਰ ਕਰਾਵਾਂਗੇ। ਫਰੀਦਕੋਟ ਤੋਂ ਜਗਤਾਰ ਦੋਸਾਂ, ਜੀਵੇ ਪੰਜਾਬ TV।